बलविंदर सिंह 2008 ਦੇ ਵਿੱਚ ਸਾਊਦੀ ਅਰਬ ਗਿਆ ਸੀਗਾ। 2013 ਦੇ ਵਿੱਚ ਇਹ ਐਕਸੀਡੈਂਟ ਕੇਸ ਬਣ ਗਿਆ ਸੀ। ਉਸ ਤੋਂ ਬਾਅਦ ਉਹਨੂੰ 7 ਸਾਲ ਦੀ ਸਜ਼ਾ ਮਿਲੀ ਸੀਗੀ ਅਤੇ ਉਸ ਤੋਂ ਤਕਰੀਬਨ 2013 ਤੋਂ ਜੇਲ੍ਹ 'ਚ ਹੀ ਹੈ ਜੀ। ਉਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਤਾਂ ਉਹਨਾਂ ਦਾ ਇੱਕ ਬ੍ਰਦਰ ਹੈ ਅਤੇ ਇੱਕ ਸਿਸਟਰ ਹੈ ਜੀ। ਇੱਥੇ ਇਕੱਲਾ ਬ੍ਰਦਰ ਰਹਿੰਦਾ ਉਹਨਾਂ ਦਾ ਅਤੇ ਮਾਤਾ ਪਿਤਾ ਜੋ ਹੈਗੇ ਬਲਵਿੰਦਰ ਸਿੰਘ ਨੂੰ ਉਡੀਕਦੇ ਇਸ ਦੁਨੀਆ ਤੋਂ ਚਲੇ ਗਏ। 2019 ਦੇ ਵਿੱਚ ਜਿਹੜੀ ਹੈਗੀ ਆ ਇਹ ਵੀਡੀਓ ਵਾਇਰਲ ਹੋਈ ਸੀਗੀ। ਬਲਵਿੰਦਰ ਸਿੰਘ ਦੀ ਮਾਤਾ ਵੱਲੋਂ ਜਿਹੜੀ ਹੈਗੀ ਆ ਪੰਜਾਬੀਆਂ ਨੂੰ NRI ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਸੀ ਵੀ ਇਹ ਜਿਹੜੀ ਬਲੱਡ ਮਨੀ ਹੈ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਇਹ ਬਲਵਿੰਦਰ ਸਿੰਘ ਉਸ ਮਾਤਾ ਦਾ ਪੁੱਤ ਆ ਕੇ ਉਹਦੇ ਸੀਨੇ ਨਾਲ ਲੱਗ ਸਕੇ। 2019 ਦੇ ਵਿੱਚ ਸਾਨੂੰ ਜਾ ਕੇ ਪਤਾ ਲੱਗਦਾ ਜੀ ਅਤੇ ਜਦੋਂ ਉਹਨਾਂ ਨੂੰ ਸਿਰ ਕਲਮ ਦਾ ਜਿਹੜੀ ਕੋਰਟ ਵੱਲੋਂ ਆਰਡਰ ਹੋ ਗਏ ਸੀ ਉਸ ਟਾਈਮ ਵੀ ਦੱਸਣ ਤੋਂ ਕਿਤੇ ਨਾ ਕਿਤੇ ਉਹ ਗਰੇਜ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਕਮਜ਼ੋਰ ਹੈ ਕਿਉਂਕਿ 2013 ਦੇ ਵਿੱਚ ਉਹ ਜੇਲ੍ਹ 'ਚ ਫਸਿਆ ਹੋਇਆ ਸੀ। ਘਰ ਕੋਈ ਕਮਾਈ ਦਾ ਸਾਧਨ ਨਹੀਂ ਸੀਗਾ ਅਤੇ ਉਹਨੂੰ ਪਤਾ ਹੀ ਸੀ ਕਿ ਪਰਿਵਾਰ ਇੰਨੀ ਜਿਹੜੀ ਬਲੱਡ ਮਨੀ ਨਹੀਂ ਦੇ ਸਕਦਾ ਇਸ ਲਈ ਉਹ ਦੱਸਣਾ ਹੀ ਨਹੀਂ ਚਾਹੁੰਦਾ ਸੀ ਕਿਉਂਕਿ ਆਪਣੇ ਕੋਲ ਬਲੱਡ ਮਨੀ ਹੈ ਮੌਜੂਦ ਆਪਾਂ ਦੇਣ ਲਈ ਤਿਆਰ ਹਾਂ। ਉੱਥੋਂ ਦੀ ਉਹਨਾਂ ਦੀ ਪ੍ਰੋਬਲਮ ਹੀ ਉਹ ਵੀ ਖਾਤੇ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਅਤੇ ਉਹ ਹੋ ਸਕਦਾ 2-4 ਦਿਨ ਦਾ ਟਾਈਮ ਦੇ ਕੇ ਜਾਂ ਉਸ ਖਾਤੇ ਨੂੰ ਸੈੱਟ ਕਰਕੇ ਜਾਂ ਸਰਕਾਰ ਦੁਆਰਾ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਹੁਣ ਤਾਂ ਬਹੁਤ ਟਾਈਮ ਹੋ ਗਿਆ ਸਾਨੂੰ ਉਡੀਕੀ ਜਾਂਦਿਆਂ ਨੂੰ ਬਲਵਿੰਦਰ ਸਿੰਘ ਨੂੰ ਹੁਣ ਇਹਦੇ ਵਿੱਚ ਸਾਡੀ ਵੀ ਅੱਗੇ ਟਾਈਮ ਨਾ ਵਧਾਇਆ ਜਾਵੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰਹਿਮਤ ਸੁਰਖਾਬ TV। ਇਸ ਵਕਤ ਅਸੀਂ ਮੁਕਤਸਰ ਜ਼ਿਲ੍ਹੇ ਦੇ ਮੱਲਣ ਪਿੰਡ ਵਿੱਚ ਮੌਜੂਦ ਹਾਂ, ਜਿਸ ਘਰ ਦੇ ਵਿੱਚ ਅਸੀਂ ਮੌਜੂਦ ਹਾਂ। ਬਲਵਿੰਦਰ ਸਿੰਘ ਦਾ ਇਹ ਘਰ ਹੈ ਜੋ ਕਿ ਇਸ ਟਾਈਮ ਰਿਆਦ ਜੇਲ੍ਹ ਦੇ ਵਿੱਚ ਬੰਦ ਨੇ, ਸਾਊਦੀ ਅਰੇਬੀਆ ਦੀ ਜੇਲ੍ਹ ਦੇ ਵਿੱਚ ਬੰਦ ਨੇ, ਜੋ ਕਿ ਰਿਆਦ ਕੋਰਟ ਵੱਲੋਂ ਜੋ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਅਦਾਲਤ ਵੱਲੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਕਤਲ ਮਾਮਲੇ ਦੇ ਵਿੱਚ। 7 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਲੱਡ ਮਨੀ ਜੋ ਹੈ ਉਹਨਾਂ ਦੀ 2 ਕਰੋੜ ਰੁਪਇਆ ਮੰਗਿਆ ਗਿਆ ਉੱਧਰ ਦੀ ਸਰਕਾਰ ਵੱਲੋਂ ਕਿ ਉੱਧਰ ਦੀ ਫੈਮਿਲੀ ਨੂੰ ਦਿੱਤਾ ਜਾਵੇ 2 ਕਰੋੜ ਰੁਪਇਆ, ਅਤੇ ਅਗਰ ਜੇ ਉਹ ਬਲੱਡ ਮਨੀ ਨਹੀਂ ਪੇ ਕਰ ਸਕਦੇ ਤਾਂ ਉਹਨਾਂ ਦਾ ਸਿਰ ਕਲੰਕ ਕੀਤਾ ਜਾਏਗਾ। ਅਤੇ ਸਾਡੇ ਨਾਲ ਉਹਨਾਂ ਦੇ ਕਜ਼ਨ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਉਹਨਾਂ ਨਾਲ। ਬਾਈ ਜੀ, ਕੀ ਨਾਮ ਹੈ ਤੁਹਾਡਾ? ਜੋਗਿੰਦਰ ਸਿੰਘ ਹੈ ਜੀ ਮੇਰਾ ਨਾਮ। ਬਾਈ, ਜੋ ਬਲਵਿੰਦਰ ਸਿੰਘ ਸੀਗੇ ਉਹ ਕਦੋਂ ਤੋਂ ਉੱਥੇ ਸਾਊਦੀ ਅਰੇਬੀਆ ਦੇ ਵਿੱਚ ਨੇ? ਬਲਵਿੰਦਰ ਸਿੰਘ 2008 ਦੇ ਵਿੱਚ ਸਾਊਦੀ ਅਰਬ ਗਿਆ ਸੀਗਾ। 2013 ਦੇ ਵਿੱਚ ਇਹ ਐਕਸੀਡੈਂਟ ਕੇਸ ਬਣ ਗਿਆ ਸੀ। ਉਸ ਤੋਂ ਬਾਅਦ ਉਹਨੂੰ 7 ਸਾਲ ਦੀ ਸਜ਼ਾ ਮਿਲੀ ਸੀਗੀ ਅਤੇ ਉਸ ਤੋਂ ਤਕਰੀਬਨ 2013 ਤੋਂ ਜੇਲ੍ਹ 'ਚ ਹੀ ਹੈ ਜੀ। ਕੰਮ ਕੀ ਕਰਦੇ ਸੀ? ਬਲਵਿੰਦਰ ਸਿੰਘ ਉੱਥੇ ਸੇਖ ਦੀ ਗੱਡੀ ਦੇ ਡਰਾਈਵਰ ਸੀਗਾ ਜੀ। ਉਹਨਾਂ ਡਰਾਈਵਿੰਗ ਕਰਦੇ ਸੀਗੇ ਅਤੇ ਐਕਸੀਡੈਂਟ ਹੋਇਆ ਕਿਵੇਂ, ਉਹਨਾਂ ਤੋਂ ਕਤਲ ਕਿਵੇਂ ਹੋ ਗਿਆ ਫਿਰ? ਇਹ ਐਕਸੀਡੈਂਟ ਕੇਸ ਸੀਗਾ। ਇਹਨਾਂ ਦੇ ਸੇਖ ਦਾ ਫੋਨ ਆਉਂਦਾ ਵੀ ਬਲਵਿੰਦਰ ਆਪਣੀ ਕੰਪਨੀ ਦੇ ਵਿੱਚ ਝਗੜਾ ਹੋ ਗਿਆ, ਤੂੰ ਜਾ ਕੇ ਦੇਖ। ਜਦੋਂ ਬਲਵਿੰਦਰ ਸਿੰਘ ਉੱਥੇ ਜਾਂਦਾ ਹੈ ਤਾਂ ਜਿਹੜਾ ਮਰਨ ਵਾਲਾ ਵਿਅਕਤੀ ਆ ਉਸਦੀ ਡਰਿੰਕ ਕੀਤੀ ਹੋਈ ਸੀ ਅਤੇ ਉਹ ਆਪਣੇ ਪੰਜਾਬੀ ਭਰਾਵਾਂ ਨੂੰ ਗਾਲਾਂ ਕੱਢ ਰਿਹਾ ਸੀ। ਬਲਵਿੰਦਰ ਸਿੰਘ ਨੇ ਜਦੋਂ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਲਟਾ ਬਲਵਿੰਦਰ ਸਿੰਘ 'ਤੇ ਵਾਰ ਕਰਤਾ। ਇਹਨੇ ਆਪਦੇ ਬਚਾਅ ਵਾਸਤੇ ਜਾਂ ਆਪਣੇ ਜਿਹੜੇ ਨਾਲ ਪੰਜਾਬੀ ਵੀਰ ਸੀਗੇ ਉਹਨਾਂ ਨੇ ਉਹਨੂੰ ਧੱਕਾ ਵਗੈਰਾ ਵੱਜ ਗਿਆ ਅਤੇ ਉਹਦਾ ਸਿਰ ਜਿਹੜਾ ਲੋਹੇ ਦੀ ਚੀਜ਼ ਨਾਲ ਲੱਗ ਗਿਆ ਅਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਹੈ ਅਤੇ ਕੁਝ 4-5 ਦਿਨਾਂ ਬਾਅਦ ਦੱਸਣ ਮੁਤਾਬਕ ਵੀ ਉਹਦੀ ਮੌਤ ਹੋ ਜਾਂਦੀ ਹੈ। ਅਤੇ ਉਹ ਸਾਰਾ ਜਿਹੜਾ ਹੈਗਾ ਕੇਸ ਉਹ ਬਲਵਿੰਦਰ ਸਿੰਘ 'ਤੇ ਹੀ ਪਾ ਦਿੱਤਾ ਜਾਂਦਾ ਹੈ ਕਿਉਂਕਿ ਕੰਪਨੀ ਦੇ ਮਾਲਕ ਨੂੰ ਪਤਾ ਸੀ ਕਿ ਹੋ ਸਕਦਾ ਹੈ ਕਲੇਮ ਜਿਹੜਾ ਆਪਾਂ ਹੁਣ 2 ਕਰੋੜ ਰੁਪਇਆ ਇਕੱਠਾ ਕਰ ਰਹੇ ਹਾਂ ਇਹ ਕੰਪਨੀ ਦੇ ਮਾਲਕ ਨੂੰ ਪੈਣਾ ਸੀਗਾ, ਕੰਪਨੀ ਨੂੰ ਪੈਣਾ। ਉਹਨਾਂ ਨੂੰ ਪਹਿਲੇ ਪਤਾ ਚੱਲ ਗਿਆ ਸੀ ਕਿ ਜੇ ਇਹ ਕੇਸ ਦਾ ਜੋ ਨੁਕਸਾਨ ਜੋ ਵੀ ਭਰਨਾ ਪਊਗਾ ਕੰਪਨੀ ਨੂੰ ਭਰਨਾ ਪਊਗਾ। ਅਤੇ ਇਹਨਾਂ ਨਾਲ ਜੋ ਵਿਅਕਤੀ ਸੀਗੇ ਉਹਨਾਂ ਦਾ ਕੀ ਬਣਿਆ? ਉਹ ਇਹਨਾਂ ਨਾਲ ਇਸ ਦੇ ਵਿੱਚ ਇਕੱਲੇ ਸੀ ਜਾਂ ਹੋਰ ਵੀ ਸੀ? ਨਾ, 4-5 ਜਣੇ ਸੀਗੇ ਜੀ। ਇਹ ਵੈਸੇ ਨੋਰਮਲ ਝਗੜਾ ਹੀ ਹੋਇਆ ਸੀਗਾ ਅਤੇ ਕੋਈ ਉਹਦੇ ਨਾਲ ਰੰਜਿਸ਼ ਜਾਂ ਵੈਰ ਨਹੀਂ ਸੀਗਾ ਇਹਨਾਂ ਦਾ। ਅਤੇ ਇਹਨਾਂ ਨੂੰ 4-5 ਜਣਿਆਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ। ਬਾਅਦ 'ਚ ਇਹ ਕਹਿ ਦਿੰਦੇ ਆ ਵੀ ਆਪਾਂ ਇੱਕ ਬੰਦਾ ਮੇਨ ਹੋ ਜਾਂਦੇ ਹਾਂ, ਜੇ ਆਪਾਂ ਸਾਰੇ ਇੱਥੇ ਜੇਲ੍ਹ 'ਚ ਬੈਠੇ ਰਹੇ ਤਾਂ ਆਪਣੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਔਖਾ ਹੋ ਜਾਣਾ। ਅਤੇ ਇਹਨਾਂ ਨੇ ਕੀ ਕੀਤਾ ਕਿ ਇੱਕ ਬੰਦੇ 'ਤੇ ਯਾਨੀ ਕਿ ਬਲਵਿੰਦਰ ਸਿੰਘ, ਕਿਉਂਕਿ ਉਸ ਟਾਈਮ ਉਹਨਾਂ ਦਾ ਜਿਹੜਾ ਮਾਲਕ ਆ ਉਹ ਵੀ ਕਹਿ ਰਿਹਾ ਸੀ ਬਲਵਿੰਦਰ ਸਿੰਘ ਤੂੰ ਨਿਰਦੋਸ਼ ਆ, ਕੋਈ ਗੱਲ ਨਹੀਂ, ਤੈਨੂੰ ਅਸੀਂ ਕੁਛ ਨਹੀਂ ਹੋਣ ਦਿੰਦੇ, ਵੀ ਤੈਨੂੰ ਛੁਡਵਾ ਲਾਂਗੇ। ਤਾਂ ਕਰਕੇ ਬਲਵਿੰਦਰ ਸਿੰਘ ਨੂੰ ਉਹਨਾਂ ਨੇ ਭਰੋਸਾ ਦਿੱਤਾ ਅਤੇ ਬਲਵਿੰਦਰ ਸਿੰਘ ਨੇ ਆਪਦੇ ਉੱਪਰ ਇਹ ਸਾਰਾ ਕੇਸ ਲੈ ਲਿਆ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੇ ਆਪਦਾ ਆਪਣਾ ਕਹਿ ਦਈਏ ਕਿ ਕੰਨੀ ਕਤਰਾ ਲਈ ਇਸ ਕੇਸ ਤੋਂ। ਬਲਵਿੰਦਰ ਸਿੰਘ ਇਸ ਇਹਨਾਂ ਨੂੰ ਕੇਸ ਦੇ ਵਿੱਚ ਇਨਵੋਲਵ ਕਰਾ ਕੇ ਉਹ ਸਾਰੇ ਪਾਸੇ ਹੋ ਗਏ ਅਤੇ ਫਿਰ ਉਹ ਤੋਂ ਬਾਅਦ ਜਦੋਂ ਹੁਣ ਸਜ਼ਾ ਕੱਟੀ ਉਹਨਾਂ ਨੇ ਆਪਦੀ, ਅਤੇ ਤੁਹਾਨੂੰ ਕਦੋਂ ਪਤਾ ਚੱਲਿਆ ਇਸ ਗੱਲ ਦਾ ਕਿ ਉਹਨਾਂ ਨੂੰ ਜਿਹੜੀ ਬਲੱਡ ਮਨੀ ਦੇਣੀ ਪਊਗੀ ਜਾਂ ਨਹੀਂ, ਫਿਰ ਉਹਨਾਂ ਦਾ ਸਿਰ ਕਲੰਕ ਕਰਦਾ ਜਾਊਗਾ?
ਸਾਨੂੰ 2019 ਦੇ ਵਿੱਚ ਜਦੋਂ ਬਲਵਿੰਦਰ ਸਿੰਘ ਦਾ ਫੋਨ ਆਉਂਦਾ ਹੈਗਾ ਅਤੇ 2019 ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਬਲਵਿੰਦਰ ਸਿੰਘ ਨੂੰ ਜਿਹੜੀ ਹੈਗੀ ਹੈ ਸਜ਼ਾ ਤਾਂ ਚਲੋ ਉਹਨਾਂ ਨੇ ਪੂਰੀ ਕਰ ਹੀ ਲਈ ਸੀ 2019 ਦੇ ਵਿੱਚ, ਅਤੇ ਵੀ ਜਿਹੜਾ ਹੈਗਾ ਇਹਦੇ 'ਤੇ 2 ਕਰੋੜ ਰੁਪਈਆ ਬਲੱਡ ਮਨੀ ਦੇਣੀ ਪਊਗੀ। 2019 ਦੇ ਵਿੱਚ ਸਾਨੂੰ ਜਾ ਕੇ ਪਤਾ ਲੱਗਦਾ ਜੀ ਇਸ ਬਾਰੇ, ਮਤਲਬ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਚੱਲਿਆ ਕਿ 2019 ਦੇ ਵਿੱਚ ਆ ਕੇ ਪਤਾ ਚੱਲਿਆ ਕਿ ਉਹ ਜੇਲ੍ਹ ਦੇ ਵਿੱਚ ਨੇ ਉੱਥੇ? ਹਾਂਜੀ, ਉਹ ਤਾਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ? ਨਹੀਂ, ਪਹਿਲਾਂ ਉਹਨੇ ਕੁਛ ਨਹੀਂ ਦੱਸਿਆ ਕਿਉਂਕਿ ਉਹ 1-2 ਵਾਰੀ ਉਹਨਾਂ ਨੇ ਵਿੱਚ ਦੀ ਫੋਨ ਲਾਇਆ ਸੀਗਾ ਕਿਸੇ ਤੋਂ ਫੋਨ ਲੈ ਕੇ ਉੱਥੋਂ, ਅਤੇ ਉਸ ਟਾਈਮ ਉਹਨੇ ਨਹੀਂ ਦੱਸਿਆ ਸੀ ਵੀ ਮੈਂ ਜੇਲ੍ਹ ਦੇ ਵਿੱਚ ਹਾਂ ਜਾਂ ਕੀ ਹੋਰ ਕਿਤੇ ਫਸਿਆ ਹੋਇਆ ਗਾ। ਬਿਲਕੁਲ, ਉਹਨਾਂ ਨੇ ਤਾਂ ਜਦੋਂ ਉਹਨਾਂ ਨੂੰ ਸਿਰ ਕਲਮ ਦਾ ਜਿਹੜੀ ਕੋਰਟ ਵੱਲੋਂ ਆਰਡਰ ਹੋ ਗਏ ਸੀ ਉਸ ਟਾਈਮ ਵੀ ਦੱਸਣ ਤੋਂ ਕਿਤੇ ਨਾ ਕਿਤੇ ਉਹ ਗਰੇਜ਼ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਕਮਜ਼ੋਰ ਹੈ ਕਿਉਂਕਿ 2013 ਦੇ ਵਿੱਚ ਉਹ ਜੇਲ੍ਹ 'ਚ ਫਸਿਆ ਹੋਇਆ ਸੀ, ਘਰ ਕੋਈ ਕਮਾਈ ਦਾ ਸਾਧਨ ਨਹੀਂ ਸੀਗਾ, ਅਤੇ ਉਹਨੂੰ ਪਤਾ ਹੀ ਸੀ ਕਿ ਪਰਿਵਾਰ ਇੰਨੀ ਜਿਹੜੀ ਬਲੱਡ ਮਨੀ ਨਹੀਂ ਦੇ ਸਕਦਾ, ਇਸ ਲਈ ਉਹ ਦੱਸਣਾ ਹੀ ਨਹੀਂ ਚਾਹੁੰਦਾ ਸੀਗਾ। ਅਤੇ ਫਿਰ ਹੁਣ ਤੁਸੀਂ ਜਿਹੜਾ ਬਲੱਡ ਮਨੀ ਇਕੱਠੀ ਕੀਤੀ ਹੈ ਤਾਂ ਪੈਸਾ, ਇਹ ਤੁਹਾਨੂੰ ਕਿਵੇਂ ਹੈਲਪ ਮਿਲੀ, ਕੀ ਕਿੱਥੋਂ ਹੋਇਆ? ਇਹ ਹੈਲਪ ਜੀ ਅਸੀਂ 2019 ਦੇ ਵਿੱਚ ਜਿਹੜੀ ਹੈਗੀ ਆ ਇਹ ਵੀਡੀਓ ਵਾਇਰਲ ਹੋਈ ਸੀਗੀ ਬਲਵਿੰਦਰ ਸਿੰਘ ਦੀ ਮਾਤਾ ਵੱਲੋਂ, ਜਿਹੜੀ ਹੈਗੀ ਆ ਪੰਜਾਬੀਆਂ ਨੂੰ NRI ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਸੀ ਵੀ ਇਹ ਜਿਹੜੀ ਬਲੱਡ ਮਨੀ ਹੈ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਇਹ ਬਲਵਿੰਦਰ ਸਿੰਘ ਉਸ ਮਾਤਾ ਦਾ ਪੁੱਤ ਆ ਕੇ ਉਹਦੇ ਸੀਨੇ ਨਾਲ ਲੱਗ ਸਕੇ। ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ? ਉਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਤਾਂ ਉਹਨਾਂ ਦਾ ਇੱਕ ਬ੍ਰਦਰ ਹੈ ਅਤੇ ਇੱਕ ਸਿਸਟਰ ਹੈ ਜੀ, ਇੱਥੇ ਇਕੱਲਾ ਬ੍ਰਦਰ ਰਹਿੰਦਾ ਉਹਨਾਂ ਦਾ, ਅਤੇ ਮਾਤਾ ਪਿਤਾ ਜੋ ਹੈਗੇ ਬਲਵਿੰਦਰ ਸਿੰਘ ਨੂੰ ਉਡੀਕਦੇ ਇਸ ਦੁਨੀਆ ਤੋਂ ਚਲੇ ਗਏ। ਉਹ ਵੀ ਉਹਨਾਂ ਦੇ ਉਡੀਕਦੇ ਵਿੱਚ ਡੈਥ ਹੋ ਗਈ ਉਹਨਾਂ ਦੀ, ਅਤੇ ਹੁਣ ਬਲੱਡ ਮਨੀ ਪੂਰੀ ਹੋ ਗਈ ਤੁਹਾਡੇ ਕੋਲ? ਹਾਂਜੀ, ਸਾਡੇ ਕੋਲ ਬਲੱਡ ਮਨੀ ਪੂਰੀ ਹੋ ਚੁੱਕੀ ਹੈ ਪਰ ਸਾਨੂੰ ਬਾਹਰ ਭੇਜਣ ਵਿੱਚ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਅਤੇ ਉਹ ਅਸੀਂ ਆਪਣੀ ਗੌਰਮੈਂਟ ਆਪਣੀ ਇੰਡੀਆ ਦੀ ਸਰਕਾਰ ਨੂੰ ਜੀਮੇਲ ਕੀਤੀ ਹੋਈ ਹੈ ਵੀ ਸਾਡੀ ਮਦਦ ਕੀਤੀ ਜਾਵੇ, ਅਤੇ ਬਾਕੀ ਅਸੀਂ ਉੱਧਰ ਸਾਊਦੀਆ 'ਚ ਵੀ ਅਸੀਂ ਜਿਹੜੀ ਹੈਗੀ ਆ ਮੇਲ ਕੀਤੀ ਹੋਈ ਹੈ ਵੀ ਸਾਡੇ ਕੋਲ ਬਲੱਡ ਮਨੀ ਇਕੱਠੀ ਹੋ ਗਈ ਹੈ ਵੀ ਜਾਂ ਤਾਂ ਤੁਸੀਂ ਆਪਣਾ ਜਿਹੜਾ ਅਕਾਊਂਟ ਨੰਬਰ ਦਿੱਤਾ ਹੋਇਆ ਇਹਨੂੰ ਇੰਟਰਨੈਸ਼ਨਲ ਕਰੋ ਕਿਉਂਕਿ ਉਹ ਲੋਕਲ ਅਕਾਊਂਟ ਨੰਬਰ ਹੈਗਾ, ਸਾਊਦੀ ਦਾ ਹੀ ਅਕਾਊਂਟ ਨੰਬਰ ਹੈ, ਅਤੇ ਉਹਨੂੰ ਇੰਟਰਨੈਸ਼ਨਲ ਕੀਤਾ ਜਾਵੇ ਅਤੇ ਸਾਥੋਂ ਜਿਹੜੀ ਹੈ ਬਲੱਡ ਮਨੀ ਆਪਦੀ ਅਦਾ ਕੀਤੀ ਜਾਵੇ। ਤੁਹਾਨੂੰ ਇਸ ਟਾਈਮ ਉਹ ਪੈਸੇ ਭੇਜਣ 'ਚ ਦਿੱਕਤ ਆ ਰਹੀ ਹੈ? ਫਿਰ ਤੁਹਾਨੂੰ ਕੀ ਲੱਗਦਾ ਮਤਲਬ ਕਿੰਨਾ ਟਾਈਮ 'ਚ ਪ੍ਰੋਸੀਜਰ ਹੋ ਜਾਊ ਕਿਉਂਕਿ ਉਹਨਾਂ ਨੇ ਤਾਂ 15 ਤਰੀਕ ਦਿੱਤੀ ਹੋਈ ਹੈ, 15 ਮਈ ਅੱਜ 13 ਤਰੀਕ ਹੋ ਗਈ, ਇੱਕ ਦਿਨ ਵਿੱਚ ਪਿਆ ਆਪਣਾ? ਹਾਂਜੀ, ਉਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਪਹਿਲਾਂ ਕਿ ਜਿਹੜਾ ਆਪਣਾ ਸਾਊਦੀ ਸਰਕਾਰ ਨੂੰ ਸਾਡੇ ਵੱਲੋਂ ਜੀਮੇਲ ਕੀਤੀ ਗਈ ਹੈ ਕਿਉਂਕਿ ਆਪਣੇ ਕੋਲ ਬਲੱਡ ਮਨੀ ਹੈ ਮੌਜੂਦ, ਆਪਾਂ ਦੇਣ ਲਈ ਤਿਆਰ ਹਾਂ, ਉੱਥੋਂ ਦੀ ਉਹਨਾਂ ਦੀ ਪ੍ਰੋਬਲਮ ਹੀ ਆ ਉਹ ਵੀ ਖਾਤੇ ਦੀ ਪ੍ਰੋਬਲਮ ਹੈਗੀ ਹੈ ਜਿਹੜੀ, ਅਤੇ ਉਹ ਹੋ ਸਕਦਾ 2-4 ਦਿਨ ਦਾ ਟਾਈਮ ਦੇ ਕੇ ਜਾਂ ਉਸ ਖਾਤੇ ਨੂੰ ਸੈੱਟ ਕਰਕੇ ਜਾਂ ਸਰਕਾਰ ਦੁਆਰਾ, ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਹੁਣ ਤਾਂ ਬਹੁਤ ਟਾਈਮ ਹੋ ਗਿਆ ਸਾਨੂੰ ਉਡੀਕੀ ਜਾਂਦਿਆਂ ਨੂੰ ਬਲਵਿੰਦਰ ਸਿੰਘ ਨੂੰ, ਹੁਣ ਇਹਦੇ ਵਿੱਚ ਸਾਡੀ ਵੀ ਅੱਗੇ ਟਾਈਮ ਨਾ ਵਧਾਇਆ ਜਾਵੇ। ਚਲੋ, ਸਾਡੇ ਵੱਲੋਂ ਵੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਕੁਛ ਨਾ ਕੁਛ ਉਹ ਜਲਦ ਤੋਂ ਜਲਦ ਕਰਵਾਉਣ, ਅਤੇ ਬਲਵਿੰਦਰ ਸਿੰਘ ਜੋ ਆਪਣੇ ਘਰ ਛੇਤੀ ਪਰਤਣ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਅਤੇ ਇਹ ਸਨ ਬਲਵਿੰਦਰ ਸਿੰਘ ਦੇ ਭਰਾ ਜਿਹਨਾਂ ਆਪਾਂ ਗੱਲਬਾਤ ਕੀਤੀ, ਉਹਨਾਂ ਦੇ ਘਰ ਆਪਾਂ ਬੈਠੇ ਹਾਂ, ਘਰ ਦੇ ਤੁਹਾਨੂੰ ਹਾਲਾਤ ਵੀ ਦਿਖਾਇਆ, ਮੌਜੂਦਾ ਹਾਲਾਤ ਜੋ ਕਿ ਬੇਹੱਦ ਗਰੀਬ ਪਰਿਵਾਰ ਤੋਂ ਹੈ। ਅਤੇ ਇਹਨਾਂ ਦਾ ਇਹੀ ਕਹਿਣਾ ਕਿ ਅਸੀਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜੀ ਸਾਡੀ ਹੈਲਪ ਕੀਤੀ ਹੈ ਬਲੱਡ ਮਨੀ ਇਕੱਠਾ ਕਰਨ ਦੇ ਵਿੱਚ ਅਤੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਦੇ ਵਿੱਚ। ਸੁਰਖਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।